ਗੁਰਮਤਿ ਅਨੁਸਾਰ ਸਿਮਰਨ ਅਭਿਆਸੀ ਨਾਮ ਜਪਦਾ ਜਪਦਾ ਅੰਦਰਮੁਖੀ ਹੋ ਕੇ ਆਪਣੇ ਸਰੀਰ ਅੰਦਰ ਮਨ, ਬੁੱਧੀ ਅਤੇ ਹਉਮੈ ਦੇ ਪਰਦੇ ਨੂੰ ਚੀਰ ਕੇ ਆਪਣੀ ਅਸਲੀਅਤ ਜਾਂ ਅਸਲ ਆਪੇ ਦਾ ਦੀਦਾਰ ਕਰਦਾ ਹੈ ਤਾਂ ਆਪਣੇ ਆਪੇ ਨੂੰ ਸਦਾ ਸਥਿਰ, ਅਚਲ, ਇੱਕ ਟਿੱਕ, ਸਦਾ ਕਾਇਮ ਅਤੇ ਸਲਾਮਤ ਦੇਖਦਾ ਹੈ। ਉਸਨੂੰ ਬਾਹਰ ਦੀ ਹਰ ਚੀਜ਼ ਬਦਲਦੀ ਅਤੇ ਆਪਣੀ ਆਤਮਾ ਕਦੀ ਨਾ ਬਦਲਦੀ ਪਰ ਤੱਕ ਪ੍ਰਤੀਤ ਹੋਣ ਲੱਗ ਜਾਂਦੀ ਹੈ। ਆਤਮਾ ਜੋ ਕਿ ਅਸੀਂ ਵਿੱਚ ਹਾਂ ਕੁਝ ਸਮੇਂ ਲਈ ਸਰੀਰ ਵਿੱਚ ਰਹਿੰਦੀ ਹੈ। ਆਤਮਾ ਭਾਵ ਅਸੀਂ ਸਰੀਰ ਵਿੱਚ ਰਹਿੰਦੇ ਹੋਏ ਵੀ ਸਰੀਰ ਵਿੱਚ ਨਹੀਂ ਸਗੋਂ ਇਸ ਤੋਂ ਵੱਖਰੇ ਹਾਂ। ਵੱਖਰੇ ਹੋਣ ਕਾਰਨ ਸਾਡਾ ਆਪਣਾ ਨਿੱਜ ਘਰ ਸਰੀਰ ਤੋਂ ਵੱਖਰਾ ਹੈ। ਅਸੀਂ ਆਪਣੇ ਨਿੱਜ ਘਰ ਭਾਵ ਅਸਲੇ ਨੂੰ ਭੁੱਲ ਚੁੱਕੇ ਹਾਂ। ਇਸ ਲਈ ਅਨੇਕਾਂ ਜਨਮਾਂ ਤੋਂ ਭਟਕਦੇ ਆ ਰਹੇ ਹਾਂ। ਕਈ ਜਨਮ ਭਏ ਕੀਟ ਪਤੰਗਾ। ਉਸ ਤੋਂ ਅੱਗੇ ਗੁਰਮਤਿ ਸਾਨੂੰ ਦੱਸਦੀ ਹੈ ਕਿ ਆਪਣੇ ਆਪ ਦੇ ਅੰਦਰ ਤੱਕ ਸਾਡਾ ਸਰੀਰ ਨਹੀਂ ਸਗੋਂ ਸਾਡੀ ਸੁਰਤ ਨਾਮ ਦੇ ਆਸਰੇ ਅੰਦਰਲੇ ਨਿੱਜ ਘਰ ਤੱਕ ਪਹੁੰਚਦੀ ਹੈ। ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ ਫੇਰਾ। ਮੁਕਦੀ ਗੱਲ ਇਹ ਹੈ ਕਿ ਨਾਮ ਨੂੰ ਮਨ ਵਿੱਚ ਵਸਾਉਣ ਵਾਲਾ ਵਾਹਿਗੁਰੂ ਜੀ ਦਾ ਰੂਪ ਹੀ ਹੋ ਜਾਂਦਾ ਹੈ। ਲਗਾਤਾਰ ਕੁਝ ਸਮੇਂ ਨਾਮ ਕਮਾਈ ਕਰਨ ਨਾਲ ਵਾਹਿਗੁਰੂ ਜੀ ਦੀ ਕਿਰਪਾ ਰਾਹੀਂ ਸਿਮਰਨ ਅਭਿਆਸੀ ਖੁਦ ਆਪਣੇ ਸਰੀਰ ਵਿੱਚ ਨਾ ਹੋਣਾ, ਜੋ ਕਿ ਅਸਲ ਸੱਚਾਈ ਹੈ, ਸਿਮਰਨ ਵਿੱਚ ਅਭਿਆਸੀ ਵਿੱਚ ਪ੍ਰਤੱਖ ਨਜ਼ਰ ਆਉਂਦੀ ਵੇਖੀ ਦੀ ਹੈ। ਸਿਮਰਨ ਅਭਿਆਸ ਵੇਲੇ ਅਸੀਂ ਕਿਸੇ ਵੇਲੇ ਸਰੀਰ ਤੋਂ ਵੱਖਰੇ ਵੀ ਹੋ ਜਾਂਦੇ ਹਾਂ ਅਤੇ ਕਿਸੇ ਵੇਲੇ ਜਗਤ ਰਚਨਾ ਸਾਡੇ ਸਰੀਰਾਂ ਸਮੇਤ ਅਲੋਪ ਹੋ ਜਾਂਦੀ ਹੈ। ਅਸੀਂ ਆਪਣੇ ਆਪੇ ਜਾਂ ਨਿੱਜ ਘਰ ਵਿੱਚ ਅਥਾਹ ਆਨੰਦ ਮਾਣਦੇ ਹਾਂ। ਅਸੀਂ ਸਰੀਰ ਵਿੱਚ ਰਹਿੰਦਿਆਂ ਵੀ ਸਰੀਰ ਤੋਂ ਵੱਖ ਹਾਂ। ਜਿਵੇਂ ਰਾਤ ਨੂੰ ਅਸੀਂ ਸੁਪਨੇ ਵੇਖਦੇ ਹਾਂ ਪਰ ਸੁਪਨੇ ਵੇਖਦਿਆਂ ਵੀ ਸੁਪਨੇ ਤੋਂ ਵੱਖਰੇ ਹੋਏ ਆਪਣੇ ਪਲੰਘ 'ਤੇ ਲੇਟੇ ਹੁੰਦੇ ਹਾਂ। ਸੁਪਨੇ ਵਿੱਚ ਸਾਰੇ ਸਰੀਰ ਵਿੱਚ ਹੁੰਦੇ ਹੋਏ ਵੀ ਅਸਲ ਵਿੱਚ ਸੁਪਨੇ ਦੇ ਸਰੀਰ ਵਿੱਚ ਨਹੀਂ ਹੁੰਦੇ, ਆਪਣੇ ਪਲੰਘ ਉੱਤੇ ਲੇਟੇ ਹੁੰਦੇ ਹਾਂ। ਇਸੇ ਤਰ੍ਹਾਂ ਜਗਤ ਸੁਪਨ ਵੇਖਦਿਆਂ ਵੀ ਅਸੀਂ ਜਗਤ ਸੁਪਨੇ ਦੇ ਸਰੀਰ ਨਹੀਂ ਸਗੋਂ ਸਦਾ ਇਸ ਤੋਂ ਵੱਖਰਾ ਆਪਣੇ ਆਪ ਜਾਂ ਨਿੱਜ ਘਰ ਵਿੱਚ ਟਿਕੇ ਹੋਏ ਹੁੰਦੇ ਹਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਹਰ ਜੀਵ ਨੂੰ ਪਤਾ ਹੈ ਕਿ ਇਸ ਦੁਨੀਆ ਤੋਂ ਪਰੇ ਇੱਕ ਅਦਭੁਤ ਸ੍ਰਿਸ਼ਟੀ ਜ਼ਰੂਰ ਹੈ। ਉਸ ਦੀਆਂ ਸ਼ਕਤੀਆਂ, ਕਰਾਮਾਤਾਂ ਕਮਾਲ ਹਨ। ਉਸ ਦਾ ਦਰਸ਼ਨ ਵੀ ਕੀਤਾ ਜਾ ਸਕਦਾ ਹੈ। ਜਿਨ੍ਹਾਂ ਸੱਜਣਾਂ ਨੂੰ ਇਸ ਪਾਸੇ ਦਾ ਸ਼ੌਂਕ ਹੈ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਪਹਿਲਾਂ ਸਿਮਰਨ ਅਭਿਆਸ ਕਰਨ। ਜਦੋਂ ਇਸ ਅਭਿਆਸ ਦੀ ਮੰਜ਼ਿਲ 'ਤੇ ਚੜ੍ਹ ਗਏ ਫਿਰ ਉਹਨਾਂ ਨੂੰ ਇਸ ਗੁਰਵਾਗ ਦੀ ਸਮਝ ਆ ਜਾਏਗੀ। ਡੱਡਾ ਡੇਰਾ ਇਹ ਨਹੀਂ, ਜਹ ਡੇਰਾ ਤਹ ਜਾਨ, ਉਹ ਆ ਡੇਰਾ ਕਾ ਸੰਜਮੋ ਗੁਰ ਕੈ ਸ਼ਬਦ ਪਛਾਣ। ਇਸ ਤੋਂ ਭਾਵ ਇਹ ਹੈ ਕਿ ਇਹ ਸੰਸਾਰ ਨਾਸ਼ਵੰਤ, ਮਿਥਿਹਾਸਿਕ, ਨਿਰਾ ਭੁਲੇਖਾ ਅਤੇ ਟਪਲਾ ਦੇਣ ਵਾਲਾ ਹੀ ਗੋਰਖ ਧੰਦਾ ਹੈ। ਦਾਸ ਸੰਖੇਪ ਮਾਤਰ ਅਨਡਿੱਠੀ ਦੁਨੀਆ ਦੇ ਨਜ਼ਾਰਿਆਂ 'ਤੇ ਚਾਨਣਾ ਪਾਉਣਾ ਚਾਹੁੰਦਾ ਹੈ, ਜੋ ਕਿ ਦਾਸ ਸੁਪਨਿਆਂ ਵਿੱਚ ਵੇਖੇ ਅਤੇ ਬਗੈਰ ਵਧਾ ਘਟਾ ਕੇ ਸਧਾਰਨ ਅੱਖਰਾਂ ਵਿੱਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੋ ਸਕਦਾ ਹੈ ਇਹ ਕਿਸੇ ਹੋਰ ਗੁਰਮੁਖ ਨਾਮ ਅਭਿਆਸੀ ਦੇ ਆਤਮਕ ਤਜ਼ਰਬਿਆਂ ਨਾਲ ਪੂਰਨ ਤੌਰ 'ਤੇ ਸਹਿਮਤ ਨਾ ਹੋਣ। ਇਹਨਾਂ ਵਿੱਚ ਕੋਈ ਗਲਤੀ ਨਾ ਹੋਣ ਦਾ ਦਾਅਵਾ ਨਹੀਂ, ਭਾਵ ਕੇਵਲ ਗੁਰਸਿੱਖਾਂ ਵਿੱਚ ਸੱਚ ਦੀ ਖੋਜ ਦਾ ਉਤਸ਼ਾਹ ਪੈਦਾ ਕਰਨਾ ਅਤੇ ਸਿਮਰਨ ਕਰਨ ਲਈ ਹੌਂਸਲਾ ਵਧਾਉਣਾ ਹੈ। ਹੋ ਸਕਦਾ ਹੈ ਜਿਹੜੇ ਸੱਜਣ ਇਹ ਜੱਗ ਮਿੱਠਾ ਅਗਲਾ ਕਿੰਨਾ ਡਿੱਠਾ ਦੇ ਟਪਲੇ ਦੇ ਸ਼ਿਕਾਰ ਬਣੇ ਹੋਏ ਹੋਣ, ਉਹਨਾਂ ਨੂੰ ਨਿਸ਼ਚਾ ਹੋ ਜਾਏ
ਕਿ ਇਸ ਦੁਨੀਆ ਤੋਂ ਪਰੇ ਹੋਰ ਕੋਈ ਸੱਚਮੁੱਚ ਅਦਭੁਤ ਸ੍ਰਿਸ਼ਟੀ ਹੈ। ਜਦ ਦਾਸ ਦੀ ਰੁਚੀ ਅਕਾਲ ਪੁਰਖ ਦੇ ਦਰਸ਼ਨਾਂ ਪਿੱਛੋਂ ਕੁਝ ਸਿਮਰਨ ਅਭਿਆਸ ਵੱਲ ਵਧੇਰੇ ਝੁੱਕ ਗਈ ਸੀ, ਅਗਲੀ ਅਵਸਥਾ ਲਈ ਨਿਰਮਾਣ ਭਰੇ ਹਿਰਦੇ ਨਾਲ ਅਰਦਾਸਾਂ ਵੀ ਕਰਦਾ ਰਿਹਾ, ਪਰ ਇਹ ਨਜ਼ਾਰੇ ਵੇਖਣ ਦੀ ਕਦੇ ਕਲਪਨਾ ਵੀ ਨਹੀਂ ਸੀ ਕੀਤੀ ਜੇ ਉਸ ਸੱਚੇ ਸਾਹਿਬ ਦੀ ਕਿਰਪਾ ਸਦਕਾ ਵੇਖਣ ਨੂੰ ਮਿਲੇ। ਅਕਾਲ ਦਰਸ਼ਨ ਤੋਂ ਬਾਅਦ ਕੁਝ ਦਿਨਾਂ ਪਿੱਛੋਂ ਜਦ ਇੱਕ ਦਿਨ ਦਾਸ ਸਿਮਰਨ ਅਭਿਆਸ ਉਪਰੰਤ ਸਿਰਹਾਣੇ ਨਾਲ ਢਾਂਸਲਾ ਲਾ ਕੇ ਆਰਾਮ ਕਰਨ ਹੀ ਲੱਗਾ ਸੀ, ਸੁਰਤ ਨੇ ਅਜਿਹੀ ਉਡਾਰੀ ਲਾਈ ਕਿ ਮਾਨੋ ਕਾਇਆ ਹੀ ਪਲਟ ਗਈ। ਫਿਰ ਜਦ ਦਾਸ ਦੇ ਸਰੀਰ 'ਚੋਂ ਜਦ ਸੂਖਮ ਸਰੀਰ ਨਿਕਲਿਆ ਤਾਂ ਥੋੜ੍ਹਾ ਡਰ ਗਿਆ ਕਿ ਇਹ ਕੀ ਹੋ ਗਿਆ ਹੈ। ਜਿਹੜਾ ਸਥੂਲ ਵਿੱਚੋਂ ਸੂਖਮ ਸਰੀਰ ਨਿਕਲਿਆ ਉਹ ਵੀ ਸਥੂਲ ਸਰੀਰ ਦੀ ਸ਼ਕਲ ਦਾ ਸੀ। ਫਿਰ ਕੀ ਵੇਖਦਾ ਹਾਂ ਕਿ ਸੂਖਮ ਸਰੀਰ ਉੱਚੀਆਂ ਉੱਚੀਆਂ ਉਡਾਰੀਆਂ ਮਾਰਦਾ ਪਲਾਂ ਵਿੱਚ ਸਥੂਲ ਅਵਸਥਾ ਵਿੱਚੋਂ ਲੰਘਦਾ ਇਤਨੀ ਤੇਜ਼ੀ ਨਾਲ ਉੱਪਰ ਨੂੰ ਗਿਆ ਕਿ ਉੱਥੋਂ ਧਰਤੀ ਇੱਕ ਅੱਗ ਦੇ ਗੋਲੇ ਵਾਂਗ ਦਿਖਾਈ ਦਿੱਤੀ, ਪਰ ਹੋਰ ਉੱਚਾਈ 'ਤੇ ਜਾਣ 'ਤੇ ਚੰਦ ਵੀ ਖਿਦੋ ਵਾਂਗ ਚਿੱਟਾ ਨਜ਼ਰ ਆ ਰਿਹਾ ਸੀ। ਪਰ ਬਹੁਤ ਉੱਚਾਈਆਂ ਛੋਣ ਪਿੱਛੋਂ ਤਾਂ ਸੂਰਜ ਅਤੇ ਤਾਰੇ ਵੀ ਛੋਟੇ ਛੋਟੇ ਆਕਾਰ ਵਿੱਚ ਚਮਕਦੇ ਦਿਖਾਈ ਦੇ ਰਹੇ ਸਨ। ਅੱਗੇ ਹੋਰ ਗਿਆ ਤਾਂ ਕੀ ਵੇਖਦਾ ਹਾਂ ਕਿ ਇੱਕ ਅਸਚਰਜ ਸੰਤ ਮੰਡਲ ਹੈ ਅਤੇ ਜਗ੍ਹਾ ਜਗ੍ਹਾ ਸੰਤ ਮੰਡਲੀਆਂ ਲੱਗੀਆਂ ਹੋਈਆਂ ਹਨ। ਇਹਨਾਂ ਦੇ ਚਿਹਰਿਆਂ ਦੀ ਜਲੋ ਸੂਰਜੀ ਪ੍ਰਕਾਸ਼ ਨਾਲੋਂ ਵੀ ਵਧੇਰੇ ਚਮਕ ਰਹੀ ਸੀ। ਇਹਨਾਂ ਦੇ ਹਿਰਦੇ ਬੜੇ ਨਿਰਮਲ ਅਤੇ ਸ਼ੁੱਧ ਜਾਪਦੇ ਸਨ। ਕੋਈ ਪੁਰਖ ਨੰਗਾ ਵੀ ਨਹੀਂ ਸੀ ਅਤੇ ਸਾਡੇ ਵਾਂਗ ਕੱਪੜੇ ਵੀ ਨਹੀਂ ਸਨ, ਉਹ ਤਾਂ ਕਿਸੇ ਪ੍ਰਕਾਸ਼ ਵਰਗੀ ਚੀਜ਼ ਦੇ ਬਣੇ ਸਨ। ਕੱਪੜਿਆਂ ਦੀ ਚਮਕ ਦਮਕ 'ਤੇ ਲਹਿਰਾਉਣਾ ਵੀ ਅਜੀਬ ਹੀ ਕਿਸਮ ਦਾ ਸੀ। ਜਦੋਂ ਦਾਸ ਮੰਡਲ ਦੇ ਦਰਸ਼ਨ ਦੀਦਾਰ ਕਰਦਾ ਅਖੀਰ ਇੱਕ ਸੰਤ ਮੰਡਲੀ ਪਾਸ ਜਾ ਕੇ ਖੜ੍ਹਾ ਹੀ ਸੀ ਤਾਂ ਚੇਤਨਤਾ ਦੇ ਕਾਇਮ ਹੋਣ ਨਾਲ ਸਥੂਲ ਸਰੀਰ ਨੂੰ ਮੰਜੇ 'ਤੇ ਲੇਟਿਆ ਵੇਖਿਆ, ਫਿਰ ਇੱਕ ਸਰੀਰ ਨੂੰ ਸੰਤ ਮੰਡਲੀ ਵਿੱਚ ਖੜ੍ਹਿਆ ਅਤੇ ਦੂਜੇ ਨੂੰ ਮੰਜੇ 'ਤੇ ਪਿਆ ਵੇਖ ਹੈਰਾਨ ਹੋ ਗਿਆ ਕਿ ਮੈਂ ਕੀ ਕਿਸੇ ਹੋਰ ਦੇਸ਼ ਵਿੱਚ ਘੁੰਮ ਰਿਹਾ ਹਾਂ। ਤਾਂ ਸਰੀਰ ਨੂੰ ਹਿਲਾਉਣ 'ਤੇ ਵੀ ਸਥੂਲ ਸਰੀਰ ਵਿੱਚ ਹਰਕਤ ਨਾ ਆਈ, ਪਰ ਮੈਂ ਤਾਂ ਸੰਤ ਮੰਡਲੀ ਵਿੱਚ ਵਿਚਰ ਰਿਹਾ ਸਾਂ। ਫਿਰ ਕੀ ਵੇਖਦਾ ਹਾਂ ਕਿ ਬਿਨਾਂ ਕਿਸੇ ਸਮੇਂ ਦੇ ਝੱਟ ਹੀ ਸੂਖਮ ਸਰੀਰ ਇਸ ਮੰਜੇ 'ਤੇ ਲੇਟੇ ਸਥੂਲ ਸਰੀਰ ਵਿੱਚ ਆ ਪ੍ਰਵੇਸ਼ ਕੀਤਾ। ਉੱਪਰਲੇ ਨਜ਼ਾਰੇ ਤੋਂ ਬਾਅਦ ਹੀ ਜਦ ਦਾਸ ਛੁੱਟੀ 'ਤੇ ਪਿੰਡ ਆਇਆ ਸਿਮਰਨ ਅਭਿਆਸ ਦਾ ਆਨੰਦ ਮਾਣ ਰਿਹਾ ਸੀ ਤਾਂ ਕੀ ਵੇਖਦਾ ਹਾਂ ਕਿ ਮੇਰੀ ਰੂਹ ਛੱਤ ਨੂੰ ਚੀਰਦੀ ਹੋਈ ਤਾਂ ਰਾਹ ਬਿਜਲੀ ਦੇ ਟ੍ਰਾਂਸਫਰ ਨੂੰ ਪਾਰ ਕਰਨ ਵੇਲੇ ਝਿਜਕਣ 'ਤੇ ਵੀ ਬਿਨਾਂ ਕਿਸੇ ਨੁਕਸਾਨ ਅੱਗੇ ਵਧਦੀ ਹੋਈ ਉਹਨਾਂ ਉਚਾਈਆਂ 'ਤੇ ਪਹੁੰਚ ਗਈ ਜਿੱਥੋਂ ਦੁਨੀਆ ਛੋਟੀ ਹੁੰਦੀ ਹੁੰਦੀ ਬਿਲਕੁਲ ਹੀ ਅਲੋਪ ਹੋ ਗਈ ਅਤੇ ਹਨੇਰਾ ਵਿਖਾਈ ਦਿੱਤਾ। ਉੱਚੀ ਜਾਂਦੀ ਜਾਂਦੀ ਰੂਹ ਅਜਿਹੀ ਥਾਂ ਪਹੁੰਚੀ ਜਿੱਥੇ ਹਨੇਰੇ ਦਾ ਨਾਮ ਨਹੀਂ ਸੀ। ਨਿੱਘਾ ਪ੍ਰਕਾਸ਼ ਠਾਠਾਂ ਮਾਰਦਾ ਸੀ, ਨਾ ਕੱਕਰ ਵਰਗੀ ਠੰਡ ਸੀ ਅਤੇ ਨਾ ਜੇਠ ਹਾੜ ਵਰਗੀ ਗਰਮੀ। ਇੱਥੇ ਖਿੜੀ ਬਹਾਰ ਅਤੇ ਬਸੰਤ ਰੁੱਤ ਜਿਹਾ ਸੋਹਣਾ ਮੌਸਮ ਸੀ। ਇਸ ਅਨੋਖੀ ਥਾਂ ਦੇ ਦਰਸ਼ਨ ਕਰਕੇ ਸੱਚ ਪੁੱਛੋ ਤਾਂ ਮੈਂ ਨਿਹਾਲ ਹੋ ਗਿਆ ਸੀ। ਹੁਣ ਮੇਰੀ ਤਾਂਘ ਜਦ ਹੋਰ ਅੰਦਰੂਨੀ ਨਜ਼ਾਰੇ ਨੂੰ ਵੇਖਣ ਦੀ ਹੋਈ ਤਾਂ ਝੱਟ ਆਪਣੇ ਆਪ ਨੂੰ ਦੂਜੇ ਪਲ ਮੰਜੇ 'ਤੇ ਬੈਠਿਆਂ ਪ੍ਰਤੀਤ ਕੀਤਾ। ਇਹਨਾਂ ਸੁਪਨਿਆਂ ਨੂੰ ਪੜ੍ਹ ਕੇ ਪਾਠਕਾਂ ਦੇ ਮਨ ਵਿੱਚ ਆਏਗਾ ਕਿ ਰੂਹ ਨੂੰ ਖੰਭ ਲੱਗੇ ਹੋਣਗੇ, ਖੰਭ ਦੇ ਸਹਾਰੇ ਰੂਹਾਂ ਉੱਡਦੀਆਂ ਹੋਣਗੀਆਂ। ਜ਼ਰਾ ਧਿਆਨ ਨਾਲ ਸੋਚੋ ਕਿ ਖੰਭਾਂ ਨਾਲ ਕੋਈ ਕਿੰਨੀ ਕੁ ਤੇਜ਼ ਉਡਾਰੀ ਮਾਰ ਸਕਦਾ ਹੈ। ਇੱਥੇ ਤਾਂ ਸਰਬ ਸ਼ਕਤੀਮਾਨ ਪਿਤਾ ਜੀ ਦੀ ਕਿਰਪਾ ਸਦਕਾ ਹੀ ਰੂਹ ਨੂੰ ਇੱਕ ਪਲ ਜਾਂ ਅੱਖ ਦੇ ਫੋਰ ਵਿੱਚ ਲੱਖਾਂ ਕਰੋੜਾਂ ਮੀਲ ਦੂਰ ਅਪੜਨ ਦੀ ਸਮਰੱਥਾ ਹੈ। ਭਲਾ ਜਿਨ੍ਹਾਂ ਰੂਹਾਂ ਨੂੰ ਐਡੀ ਤੇਜ਼ ਚੱਲਣ ਦੀ ਸ਼ਕਤੀ ਅਕਾਲ ਪੁਰਖ ਜੀ ਵੱਲੋਂ ਪ੍ਰਾਪਤ ਹੋਵੇ,
ਉਹਨਾਂ ਨੂੰ ਖੰਭਾਂ ਦੀ ਕੀ ਲੋੜ ਹੈ। ਦਾਸ ਇਸ 2 ਮਹੀਨਿਆਂ ਦੀ ਛੁੱਟੀ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਦਾ ਕਰਦਾ ਸਲੋਕ 12 ਅਤੇ ਵਧੀਕ ਮਹੱਲਾ 3 ਨੂੰ ਪੜ੍ਹਦਿਆਂ ਅੰਗ 1414 'ਤੇ ਪਹੁੰਚਿਆ ਤਾਂ ਇਸ ਗੁਰਵਾਕ ਨੇ ਬੜਾ ਅਸਰ ਕੀਤਾ। ਗੁਰਮੁਖ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੈ ਆਕਾਸ, ਤਿੱਥੈ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਜਿੱਥੈ ਆਤਮ ਰਾਮ ਪ੍ਰਗਾਸ। ਇਸ ਤੋਂ ਅੱਗੇ ਪੜ੍ਹਨ ਨੂੰ ਕਈ ਦਿਨ ਦਿਲ ਨਾ ਕੀਤਾ ਅਤੇ ਇਸੇ ਗੁਰਵਾਕ ਨੂੰ ਮੁੜ ਸਮਝਦਾ ਅਤੇ ਗਹਿਰੀ ਰੰਗਤ ਚੜਾਉਂਦਾ। ਇਹਨੀ ਦਿਨੀ ਦਾਸ ਧਾਰਮਿਕ ਪਤਨੀ ਨਾਲ ਆਪਣੇ ਸਪੁੱਤਰ ਗੁਰਦੇਵ ਸਿੰਘ ਨੂੰ, ਜੋ ਬੈਂਗਲੌਰ ਵਿਖੇ ਪੜ੍ਹਦਾ ਸੀ, ਗੱਡੀ ਚੜ੍ਹਾ ਕੇ ਆਪਣੇ ਸਹੁਰੇ ਘਰ ਗਾਲਿਬ ਕਲਾਂ ਪਹੁੰਚ ਗਿਆ। ਰਾਤ ਵੇਲੇ ਏਕਾਂਤ ਸਮੇਂ ਸਿਮਰਨ ਅਭਿਆਸ ਵਿੱਚ ਬੈਠ ਗਿਆ ਅਤੇ ਇਉਂ ਜਾਪਿਆ ਜਿਵੇਂ ਕਿਸੇ ਉੱਚੀ ਮੰਜ਼ਿਲ ਨੂੰ ਉੱਡਿਆ ਜਾ ਰਿਹਾ ਹੋਵਾਂ। ਕੁਝ ਚਿਰ ਮਗਰੋਂ ਮੈਨੂੰ ਇਉਂ ਭਾਸਿਆ ਕਿ ਕਿਸੇ ਟਿਕਾਣੇ 'ਤੇ ਆ ਪਹੁੰਚਿਆ ਹਾਂ ਅਤੇ ਕੀ ਵੇਖਦਾ ਹਾਂ ਕਿ ਇੱਕ ਅਤ ਸੁੰਦਰ ਬਾਗ ਹੈ। ਸਬਜ਼ ਮਖਮਲੀ ਕੂਲੇ ਘਾਹ ਵਿੱਚੋਂ ਰਾਹ ਸੀ, ਇੰਨਾ ਕੂਲਾ ਮਾਨੋ ਹਵਾ ਵਿੱਚ ਤੁਰ ਰਿਹਾ ਸੀ। ਆਲੇ ਦੁਆਲੇ ਅੱਖਾਂ ਨੂੰ ਮਸਤ ਕਰ ਦੇਣ ਵਾਲੇ ਰੁੱਖ ਸਨ, ਵੇਲ ਬੂਟੇ ਅਸਚਰਜ ਅਤੇ ਵਨ ਸਵੰਨੇ ਝਿਲ ਮਿਲਾਉਂਦੇ ਰਤਨਾ ਹੀਰਿਆਂ ਫੁੱਲਾਂ ਨਾਲ ਜੜਤ ਸਨ। ਦਾਸ ਉਹਨਾਂ ਦੀ ਛੱਪ ਅਤੇ ਸੁੰਦਰਤਾ ਨੂੰ ਤੱਕ ਕੇ ਹੈਰਾਨ ਸੀ। ਅਜੇ ਤੱਕ ਧਰਤੀ 'ਤੇ ਮੈਂ ਅਜਿਹਾ ਨਜ਼ਾਰਾ ਕਦੇ ਨਹੀਂ ਸੀ ਡਿੱਠਾ। ਹਰੇ ਹਰੇ ਪੱਤਿਆਂ ਦੇ ਟਾਹਣਿਆਂ ਨੂੰ ਵੇਖ ਵੇਖ ਮੇਰੀਆਂ ਰੀਝਾਂ ਨਹੀਂ ਸੀ ਲੈ ਰਹੀਆਂ। ਇੱਕ ਹੋਰ ਅਜੀਬ ਗੱਲ ਇਹ ਡਿੱਠੀ ਕਿ ਇਸ ਬਨਸਪਤੀ ਦਾ ਪਰਛਾਵਾਂ ਕੋਈ ਨਹੀਂ ਸੀ ਅਤੇ ਨਾ ਹੀ ਧੁੱਪ ਸੀ। ਇੰਝ ਜਾਪਦਾ ਸੀ ਕਿ ਜਿਵੇਂ ਕਿਸੇ ਠੰਡੀ ਮਿੱਠੀ ਜੋਤ ਦਾ ਪ੍ਰਕਾਸ਼ ਲੈ ਲੈ ਕਰਦਾ ਸੀ, ਜਿਸ ਵਿੱਚ ਅਸਚਰਜ ਸ਼ਾਂਤੀ ਅਤੇ ਅਕਹਿ ਖੇੜਾ ਸੀ। ਇਹ ਪ੍ਰਕਾਸ਼ ਅਤੇ ਸੁਗੰਧੀ ਮਹਾਨ ਜੋਤ ਸਰੂਪ ਪਿਤਾ ਵਾਹਿਗੁਰੂ ਜੀ ਦੇ ਮਹਿਲ ਵਿੱਚੋਂ ਆ ਰਹੀ ਸੀ। ਦਾਸ ਅਗਾਂਹ ਵਧਣ 'ਤੇ ਕੀ ਵੇਖਦਾ ਹੈ ਕਿ ਮਨਮੋਹਕ ਬ੍ਰਿਛਾਂ ਦੇ ਝੁੰਡ ਵਿੱਚੋਂ ਦੂਰੋਂ ਮੇਰੇ ਵੱਲ ਇੱਕ ਮਿੱਠੀ ਅਤੇ ਪਿਆਰੀ ਰੂਹ ਨੇ ਤੱਕਿਆ, ਜੋ ਹੂ ਬਹੂ ਮੇਰੇ ਹੀ ਵਰਗੀ ਸੀ। ਇਉਂ ਜਾਪਦਾ ਸੀ ਕਿ ਇਹ ਤਾਂ ਦਾਸ ਹੀ ਹੈ। ਉਸ ਰੂਹ ਦੇ ਦਰਸ਼ਨਾਂ ਨਾਲ ਮੈਨੂੰ ਇੱਕ ਹੋਰ ਤਜਰਬਾ ਪ੍ਰਾਪਤ ਹੋਇਆ, ਉਹ ਇਹ ਕਿ ਸੂਖਮ ਸਰੀਰ ਤੋਂ ਪਰੇ ਵੀ ਇੱਕ ਹੋਰ ਸਰੀਰ ਕਾਰਨ ਸਰੀਰ ਹੈ। ਇਹਨਾਂ ਦਰਸ਼ਨਾਂ ਪਿੱਛੋਂ ਫਿਰ ਆਪਣੇ ਆਪ ਨੂੰ ਮੰਜੇ 'ਤੇ ਬੈਠਿਆਂ ਸਿਮਰਨ ਅਭਿਆਸ ਵਿੱਚ ਤੱਕਿਆ। ਇਸ ਨਜ਼ਾਰੇ ਦੇ ਅਨੁਭਵ ਤੋਂ ਇਹ ਹੋਇਆ ਕਿ ਸਥਿਰ ਟਿਕਾਣਾ ਕਿੱਥੇ ਹੈ। ਇਹ ਸੰਸਾਰ ਸਦਾ ਰਹਿਣ ਵਾਲਾ ਥਾਂ ਨਹੀਂ ਹੈ, ਜਿੱਥੇ ਟਿਕ ਕੇ ਇੱਕ ਰਹਿਣ ਵਾਲਾ ਥਾਂ ਹੈ ਉਸ ਨੂੰ ਸਮਝਣਾ ਹੈ ਅਤੇ ਉਸ ਡੇਰੇ ਦੀ ਪ੍ਰਾਪਤੀ ਦਾ ਸੰਜਮ ਭਾਵ ਉਪਾਅ ਹੈ ਗੁਰੂ ਦੇ ਸ਼ਬਦ ਦੁਆਰਾ ਉਸ ਨੂੰ ਪਛਾਣਨਾ ਭਾਵ ਹਾਸਲ ਕਰਨਾ। ਡੱਡਾ ਡੇਰਾ ਇਹੋ ਨਹੀਂ, ਜਹ ਡੇਰਾ ਤਹ ਜਾਨ, ਉਹ ਆ ਡੇਰਾ ਕਾ ਸੰਜਮੋ ਗੁਰ ਕਹਿ ਸ਼ਬਦ ਪਛਾਣ। ਭਰਾਵੋ, ਮਨੁੱਖ ਦਾ ਡੇਰਾ ਇਹ ਸੰਸਾਰ ਨਹੀਂ ਸਗੋਂ ਪਰਲੋਕ ਹੈ। ਉਹ ਮੰਦਰ ਦੀ ਮਰਿਆਦਾ 'ਤੇ ਉੱਥੋਂ ਦੇ ਸਖੀ ਆਨੰਦ ਭਰਪੂਰ ਸਦੈਵੀ ਜੀਵਨ ਬਤੀਤ ਕਰਨ ਦੀ ਸਮੱਸਿਆ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਸ ਟਿਕਾਣੇ ਦੇ ਦੇਸ਼ ਵਿੱਚ ਅਪਣਨ ਲਈ ਤਿਆਰੀ ਕਰਨ ਦਾ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਹੁਕਮ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਗੁਰੂ ਜੀ ਦੀ ਕਿਰਪਾ ਨਾਲ ਅੰਤਰਮੁਖੀ ਹੋਈਦਾ ਹੈ, ਭਾਵ ਨਾਮ ਅਭਿਆਸ ਦੁਆਰਾ। ਪਹਿਲੋਂ ਵਾਹਿਗੁਰੂ ਜੀ ਦਾ ਨਾਮ ਮਿੱਠਾ ਲੱਗਾ, ਫਿਰ ਉਹ ਪ੍ਰਭੂ ਆਪਣੇ ਅੰਦਰ ਹੀ ਦਿਸ ਪਿਆ, ਫਿਰ ਕੀ ਡਿੱਠਾ ਕਿ ਇਹ ਜੋ ਬਾਹਰ ਸਾਰੀ ਸਮੱਗਰੀ ਦਿਸ ਰਹੀ ਹੈ, ਜੋ ਅਨੇਕਾਂ ਰੰਗ ਤਮਾਸ਼ੇ ਨਿਕਲੇ ਦਿਸਦੇ ਹਨ, ਉਹ ਮਨੁੱਖ ਨੂੰ ਸਾਰੇ ਪਦਾਰਥ ਵਾਹਿਗੁਰੂ ਵਿੱਚ ਹੀ ਲੀਨ ਦਿਸਦੇ ਹਨ। ਉਸ ਮਨੁੱਖ ਦੇ ਸਰੀਰ ਵਿੱਚ ਵਾਹਿਗੁਰੂ ਜੀ ਦੇ ਨਾਮ ਦਾ ਟਿਕਾਣਾ ਹੋ ਜਾਂਦਾ ਹੈ।
ਜੋ ਮਾਨੋ ਜਗਤ ਦੇ ਨੌਹੀ ਖਜ਼ਾਨੇ ਦੇ ਤੁੱਲ ਹੈ ਅਤੇ ਅੰਮ੍ਰਿਤ ਹੈ। ਉਹਦੇ ਅੰਦਰ ਅਫੋਰ ਸੁਰਤੀ ਜੁੜੀ ਰਹਿੰਦੀ ਹੈ ਅਤੇ ਅਜਿਹਾ ਅਸਚਰਜ ਇੱਕ ਰਸ ਰਾਗ ਰੂਪ ਆਨੰਦ ਬਣਿਆ ਰਹਿੰਦਾ ਹੈ ਜਿਸ ਦਾ ਬਿਆਨ ਨਹੀਂ ਹੋ ਸਕਦਾ। ਇਹ ਬਿਸਮਾਦੀ ਝਲਕਾ ਕੇਵਲ ਉਸ ਨੂੰ ਹੀ ਦਿਸਦਾ ਹੈ ਜਿਸ ਨੂੰ ਪ੍ਰਭੂ ਆਪ ਦਿਖਾਉਂਦਾ ਹੈ, ਅਤੇ ਇਸ ਦੀ ਠੀਕ ਠੀਕ ਸਮਝ ਸੋਝੀ ਵੀ ਉਸ ਦੇਖਣਹਾਰ ਜਨ ਨੂੰ ਪਾ ਦਿੰਦਾ ਹੈ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ, ਸਗਲ ਸਮੱਗਰੀ ਏਕਸ ਘਟ ਮਾਹੇ, ਅਨੇਕ ਰੰਗ ਨਾਨਾ ਦ੍ਰਿਸ਼ਟ ਆਹੇ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨਹਤ ਤਹਿਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ, ਤਿੰਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋਝੀ ਪਾਏ। ਇਸ ਪਿੱਛੇ ਕਹੀ ਸੋਝੀ ਵਾਲਾ ਕੀ ਵੇਖਦਾ ਹੈ ਕਿ ਉਹ ਆਨੰਦ ਭਗਵਾਨ ਮੇਰੇ ਅੰਦਰ ਹੈ, ਉਹ ਬਾਹਰ ਹੈ। ਘੱਟ ਘੱਟ ਵਿੱਚ ਭਾਵ ਹੋਰਨਾਂ ਸਭਨਾ ਵਿੱਚ ਵੀ ਉਹ ਭਗਵੰਤ ਵਿਆਪ ਰਿਹਾ ਹੈ। ਧਰਤੀ ਆਕਾਸ਼ ਪਤਾਲ ਔਰ ਸਾਰੇ ਲੋਕ ਵਿਖੇ ਵੀ ਉਹ ਪ੍ਰਿਤਪਾਲ ਕਰਨੇ ਵਾਲਾ ਵਾਹਿਗੁਰੂ ਪੂਰਨ ਹੋ ਰਿਹਾ ਹੈ। ਉਹ ਪਾਰਬ੍ਰਹਮ ਹੈ, ਫਿਰ ਪਰਬਤਾਂ ਜੰਗਲਾਂ ਅਤੇ ਘਾਹ ਦੇ ਤੀਲਿਆਂ ਵਿੱਚ ਵੀ ਮੌਜੂਦ ਹੈ। ਜੈਸੀ ਉਸ ਵਾਹਿਗੁਰੂ ਜੀ ਦੀ ਆਗਿਆ ਹੈ ਤੈਸਾ ਕਰਮ ਸਾਰੇ ਜਗਤ ਪਾਬੰਦ ਵਿੱਚ ਹੋ ਰਿਹਾ ਹੈ। ਗੱਲ ਕੀ ਵਾ, ਪਾਣੀ ਅਤੇ ਅਗਨ ਵਿੱਚ ਚੌਹਾਂ ਕੁੰਟਾਂ ਅਤੇ ਦਸੋਂ ਦਿਸ਼ਾ ਵਿੱਚ ਉਹੀ ਸਮਾ ਰਿਹਾ ਹੈ, ਉਸ ਤੋਂ ਅੱਡ ਕੋਈ ਥਾਂ ਨਹੀਂ। ਇਹ ਦ੍ਰਿਸ਼ਟੀ ਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ ਅਤੇ ਇਸ ਗਿਆਨ ਦ੍ਰਿਸ਼ਟੀ ਦਾ ਸੁੱਖ ਪ੍ਰਾਪਤ ਹੁੰਦਾ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਰਸ਼ੀ ਪਾਤਸ਼ਾਹ ਨੇ ਫਰਸ਼ ਜੀਵਨ ਬਤੀਤ ਕਰਦਿਆਂ ਮਨੁੱਖੀ ਰੂਹਾਂ ਨੂੰ ਪ੍ਰਲੋਕ ਦੇ ਭਿਅੰਕਰ ਨਰਕਾਂ ਵਿੱਚ ਤੜਫਦਿਆਂ ਡੇਠਾ, ਤਾਂ ਹੀ ਤਾਂ ਵਾਰ ਵਾਰ ਢੰਡੋਰਾ ਦਿੰਦਿਆਂ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਦਾ ਫੁਰਮਾਨ ਕੀਤਾ। ਮਨੁੱਖਾ ਜਨਮ ਬਿਰਥਾ ਨਾ ਗੁਆ ਕੇ ਅੱਗੇ ਲਈ ਕੁਝ ਤਿਆਰੀ ਕਰਨ ਲਈ ਕਿਹਾ, ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਕਿਉਂਕਿ ਮਾਨਸ ਜਨਮ ਵਿੱਚ ਰਹਿੰਦਿਆਂ ਜੋ ਉਸ ਸੱਚ ਨੂੰ ਪਛਾਣ ਲਈਏ ਤਾਂ ਹੀ ਵਡਿਆਈ ਮਿਲਦੀ ਹੈ। ਨਾਨਕ ਤਾਂ ਕੋ ਮਿਲੇ ਵਡਿਆਈ, ਆਪ ਪਛਾਣਾ ਸਰਬ ਜੀਆਂ। ਇਸ ਤਰ੍ਹਾਂ ਦੀ ਵਡਿਆਈ ਪਾਉਣ ਉਪਰੰਤ ਦੋ ਤੋਂ ਇੱਕ ਹੋਣ ਦੀ ਅਵਸਥਾ ਆ ਜਾਂਦੀ ਹੈ, ਹਿਰਦੇ ਦੇ ਕਪਾਟ ਖੁੱਲ੍ਹ ਜਾਂਦੇ ਹਨ, ਹਰ ਜੀਵ ਵਿੱਚ ਉਸ ਸੱਚੇ ਦਾ ਪਸਾਰਾ ਪ੍ਰਤੱਖ ਦਿਸਦਾ ਹੈ। ਸੋ ਗੁਰਮੁਖੋ, ਜੇ ਤੁਸੀਂ ਵੀ ਇਸ ਅਣਡਿੱਠੀ ਦੁਨੀਆ ਭਾਵ ਨਾ ਕੋ ਬੈਰੀ ਨਾ ਹੀ ਬੇਗਾਨਾ ਦੀ ਹਾਲਤ ਵਿੱਚ ਜਾਣਾ ਹੈ ਤਾਂ ਸਿਮਰਨ ਦਾ ਘਾਲਣਾ ਘਾਲੋ ਅਤੇ ਘੱਟ ਘੱਟ ਵਿੱਚ ਰਾਮ ਨੂੰ ਵਸਿਆ ਮਹਿਸੂਸ ਕਰੋ। ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰਹੇ। ਇਸ ਅਣਡਿੱਠੀ ਦੁਨੀਆ ਵਿੱਚ ਠਾਕੁਰ ਅਤੇ ਸੇਵਕ, ਅਮੀਰ ਅਤੇ ਗਰੀਬ, ਰਾਜਾ ਅਤੇ ਰੰਕ ਸਭ ਇੱਕ ਹੋ ਜਾਂਦੇ ਹਨ। ਇਸ ਅਣਡਿੱਠੀ ਦੁਨੀਆ ਵਿੱਚ ਅਸੀਂ ਹੋਰ ਕਿਸੇ ਦੁਨਿਆਵੀ ਯੰਤਰ ਨਾਲ ਨਹੀਂ ਪਹੁੰਚ ਸਕਦੇ। ਕੇਵਲ ਵਾਹਿਗੁਰੂ ਨਾਮ ਦਾ ਜਹਾਜ਼ ਹੀ ਸਾਨੂੰ ਉੱਥੋਂ ਦੇ ਦਰਸ਼ਨ ਦੀਦਾਰ ਕਰਵਾ ਸਕਦਾ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹਾ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨਹਾਰ।